ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ। ਅਤੇ ਚੁੱਕੇ ਨਗਰ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਾਰੇ ਵੀ ਗਏ ਨੇ, ਅਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ, ਅਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਚੰਦ ਧਰਮਸੋਤ, ਅਤੇ ਤੁਸੀਂ ਦੇਖ ਰਹੇ A1 ਮੀਡੀਆ ਚੈਨਲ 'ਤੇ ਸ਼ਬਦਾਂ ਦੀ ਤਾਕਤ। ਜਿੱਥੇ ਤੁਹਾਨੂੰ ਪਤਾ ਹੈ ਅੱਜ 1 ਜੂਨ ਨੂੰ ਜਿਹੜੀਆਂ ਆਪਣਾ ਲੋਕ ਸਭਾ ਚੋਣਾਂ ਦੀ ਜਿਹੜਾ ਇਲੈਕਸ਼ਨ ਹੋ ਰਹੀਆਂ ਨੇ, ਵੋਟਾਂ ਪੈ ਗਈਆਂ ਨੇ ਸਵੇਰ ਤੋਂ 7 ਵਜੇ ਤੋਂ ਲੈ ਕੇ, ਅਤੇ ਅੱਜ ਅਸੀਂ ਪਹੁੰਚੇ ਨਾਭਾ ਸ਼ਹਿਰ ਦੇ ਸਰੈਣ ਦਾਸ ਕਲੋਨੀ ਵਿਖੇ, ਜਿੱਥੇ ਸਵੇਰ ਤੋਂ 7 ਵਜੇ ਤੋਂ ਤੁਹਾਡੇ ਸਾਹਮਣੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ। ਅਤੇ ਜਿੱਥੇ ਨਗਰ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਾਰੇ ਵੀ ਗਏ ਨੇ, ਅਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ। ਅਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਉੱਥੋਂ ਦੀ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੀ ਜਿਹੜੀਆਂ ਵੋਟਾਂ, 139 ਨੰਬਰ ਜਿਹੜਾ ਬੂਥ ਹੈ ਸਰੈਣ ਦਾਸ ਕਲੋਨੀ ਦਾ, ਉੱਥੇ ਵੀ ਜਿਹੜੀ ਉਹ ਬੂਥ ਜਿਹੜੀ ਤਿਆਰੀ ਹੈ, ਪੁਲਿਸ ਵੱਲੋਂ ਵੀ ਪੂਰੀ ਚੈਕਿੰਗ ਕਰਕੇ ਜਿਹੜਾ ਉਹ ਅੰਦਰ ਭੇਜਿਆ ਜਾ ਰਿਹਾ। ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ, ਅਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਮਤਲਬ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ ਇਸ਼ੂ ਨਹੀਂ। ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ। ਅਤੇ ਚੁੱਕੇ ਨਗਰ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਾਰੇ ਵੀ ਗਏ ਨੇ, ਅਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ। ਅਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਚੰਦ ਧਰਮਸੋਤ, ਅਤੇ ਤੁਸੀਂ ਦੇਖ ਰਹੇ A1 ਮੀਡੀਆ ਚੈਨਲ 'ਤੇ ਸ਼ਬਦਾਂ ਦੀ ਤਾਕਤ। ਜਿੱਥੇ ਤੁਹਾਨੂੰ ਪਤਾ ਹੈ ਅੱਜ 1 ਜੂਨ ਨੂੰ ਜਿਹੜੀਆਂ ਆਪਣਾ ਲੋਕ ਸਭਾ ਚੋਣਾਂ ਦੀ ਜਿਹੜਾ ਇਲੈਕਸ਼ਨ ਹੋ ਰਹੀਆਂ ਨੇ, ਵੋਟਾਂ ਪੈ ਗਈਆਂ ਨੇ ਸਵੇਰ ਤੋਂ 7 ਵਜੇ ਤੋਂ ਲੈ ਕੇ, ਅਤੇ ਅੱਜ ਅਸੀਂ ਪਹੁੰਚੇ ਨਾਭਾ ਸ਼ਹਿਰ ਦੇ ਸਰੈਣ ਦਾਸ ਕਲੋਨੀ ਵਿਖੇ, ਜਿੱਥੇ ਸਵੇਰ ਤੋਂ 7 ਵਜੇ ਤੋਂ ਤੁਹਾਡੇ ਸਾਹਮਣੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ। ਅਤੇ ਜਿੱਥੇ ਨਗਰ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਾਰੇ ਵੀ ਗਏ ਨੇ, ਅਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ। ਅਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਉੱਥੋਂ ਦੀ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੀ ਜਿਹੜੀਆਂ ਵੋਟਾਂ, 139 ਨੰਬਰ ਜਿਹੜਾ ਬੂਥ ਹੈ ਸਰੈਣ ਦਾਸ ਕਲੋਨੀ ਦਾ, ਉੱਥੇ ਵੀ ਜਿਹੜੀ ਉਹ ਬੂਥ ਜਿਹੜੀ ਤਿਆਰੀ ਹੈ, ਪੁਲਿਸ ਵੱਲੋਂ ਵੀ ਪੂਰੀ ਚੈਕਿੰਗ ਕਰਕੇ ਜਿਹੜਾ ਉਹ ਅੰਦਰ ਭੇਜਿਆ ਜਾ ਰਿਹਾ। ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ, ਅਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਮਤਲਬ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ ਇਸ਼ੂ ਨਹੀਂ। ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ। ਅਤੇ ਚੁੱਕੇ ਨਗਰ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਾਰੇ ਵੀ ਗਏ ਨੇ, ਅਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ। ਅਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਚੰਦ ਧਰਮਸੋਤ, ਅਤੇ ਤੁਸੀਂ ਦੇਖ ਰਹੇ A1 ਮੀਡੀਆ ਚੈਨਲ 'ਤੇ ਸ਼ਬਦਾਂ ਦੀ ਤਾਕਤ। ਜਿੱਥੇ ਤੁਹਾਨੂੰ ਪਤਾ ਹੈ ਅੱਜ 1 ਜੂਨ ਨੂੰ ਜਿਹੜੀਆਂ ਆਪਣਾ ਲੋਕ ਸਭਾ ਚੋਣਾਂ ਦੀ ਜਿਹੜਾ ਇਲੈਕਸ਼ਨ ਹੋ ਰਹੀਆਂ ਨੇ, ਵੋਟਾਂ ਪੈ ਗਈਆਂ ਨੇ ਸਵੇਰ ਤੋਂ 7 ਵਜੇ ਤੋਂ ਲੈ ਕੇ, ਅਤੇ ਅੱਜ ਅਸੀਂ ਪਹੁੰਚੇ ਨਾਭਾ ਸ਼ਹਿਰ ਦੇ ਸਰੈਣ ਦਾਸ ਕਲੋਨੀ ਵਿਖੇ,
ਜਿੱਥੇ ਸਵੇਰ ਤੋਂ 7 ਵਜੇ ਤੋਂ ਤੁਹਾਡੇ ਸਾਹਮਣੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਜਿੱਥੇ ਲਗਾ ਵੱਖ ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ ਬਹੁਤ ਕਰੇ ਵੀ ਗਏ ਨੇ ਤੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ ਉਹ ਆਪਣੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਲੋਕਾਂ ਨੂੰ ਉਹਨਾਂ ਵੋਟਾਂ ਪਾ ਰਹੇ ਨੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉੱਥੋਂ ਦੀ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੀ ਜਿਹੜੀਆਂ ਵੋਟਾਂ 139 ਨੰਬਰ ਜਿਹੜਾ ਬੂਥ ਹੈ ਸਰੈਂ 10 ਕਲੋਨੀ ਦਾ ਉੱਥੇ ਵੀ ਜਿਹੜੀ ਉਹ ਬੂਥ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਵੀ ਪੂਰੀ ਚੈਕਿੰਗ ਕਰਕੇ ਜਿਹੜਾ ਉਹ ਅੰਦਰ ਭੇਜਿਆ ਜਾ ਰਿਹਾ। ਹਾਂਜੀ, ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ, ਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਮਤਲਬ ਨੇੜੇ ਨਹੀਂ ਅਸੀਂ ਆਉਣ ਦੇਵਾਂਗੇ। ਬਿਲਕੁਲ ਸਮੂਥਲੀ ਜੀ, ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਾਂ ਚੱਲ ਰਹੀਆਂ ਨੇ ਜੀ, ਕਿਸੇ ਪ੍ਰਕਾਰ ਦਾ ਕੋਈ ਇਸ਼ੂ ਨਹੀਂ।